ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੜਕਾ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਘੁੜਕਾ ਵਿਖੇ 13ਵੇਂ ਕ੍ਰਿਕਟ ਟੂਰਨਾਮੈਂਟ ਦਾ ਆਗਾਜ਼ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ, ਜਿਸ ਦਾ ਉਦਘਾਟਨ ਗੋਰਾ ਕੁਲਾਰ UK ਦੀ ਤਰਫੋਂ ਸੰਤੋਖ ਸਿੰਘ ਸੋਖਾ ਢੀਂਡਸਾ, ਸਰਪੰਚ ਰਾਮ ਲਾਲ, ਪੰਚ ਪ੍ਰੇਮ ਲਾਲ ਨੇ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 70 ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ, ਜਿਸ ਵਿੱਚ ਜੇਤੂ ਟੀਮ ਨੂੰ 31,000 ਰੁਪਏ ਅਤੇ ਉਪ ਜੇਤੂ ਟੀਮ ਨੂੰ 20,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 27 ਮਈ ਨੂੰ ਹੋਵੇਗਾ। ਇਸ ਮੌਕੇ ਅਮਰਜੀਤ ਸਿੰਘ ਸੰਧੂ, ਤਰਲੋਚਨ ਸਿੰਘ ਜੌਹਲ, ਰੁਪਿੰਦਰ ਸਿੰਘ ਸੋਨੂੰ ਜੌਹਲ, ਖੁਸ਼ੀ ਰਾਮ, ਨੰਬਰਦਾਰ ਅਜਾਇਬ ਸਿੰਘ, ਮਦਨ ਲਾਲ, ਰਣਜੀਤ ਸਿੰਘ, ਅਮਨ ਢਿੱਲੋਂ, ਦੀਪਾ ਕੁਨਰ, ਕੁਲਤਾਰ, ਹਰਦੀਪ, ਅਨੂਪ, ਜਤਿੰਦਰ, ਦਵਿੰਦਰ, ਚੋਧਾ, ਸੁਖਪ੍ਰੀਤ, ਮੰਨਾ, ਜੀਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ। ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਪਿੰਡ ਘੁੜਕਾ ਵੱਲੋਂ 13ਵਾਂ ਕ੍ਰਿਕਟ ਕੱਪ ਜਿਹੜਾ ਉਹ ਅੱਜ ਪਿੰਡ ਘੁੜਕਾ ਦੇ ਵਿੱਚ ਸ਼ੁਰੂ ਕਰਵਾਇਆ ਗਿਆ, ਜਿਹਦਾ ਉਦਘਾਟਨ ਗੋਰਾ ਕੁਲਾਰ ਚੁੱਕੇ ਉਹਨਾਂ ਵੱਲੋਂ ਸੰਤੋਖ ਸਿੰਘ ਸੋਖਾ ਢੀਂਡਸਾ ਅਤੇ ਉਹਨਾਂ ਨਾਲ ਪਿੰਡ ਘੁੜਕਾ ਦੇ ਸਰਪੰਚ ਰਾਮ ਲਾਲ ਜਿਨ੍ਹਾਂ ਨੇ ਆਪਣੇ ਘਰ ਕਮਲਾਂ ਦੇ ਨਾਲ ਕੀਤਾ ਆ। ਅਤੇ ਇਹ ਟੂਰਨਾਮੈਂਟ ਜਿਹੜਾ NRI ਵੀਰਾਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਕਰਾਇਆ ਜਾਂਦਾ ਅਤੇ ਇਸ ਸਾਲ 70,000 ਦੇ ਕਰੀਬ ਜਿਹੜੀਆਂ ਟੀਮਾਂ ਇਸ ਟੂਰਨਾਮੈਂਟ ਦੇ ਵਿੱਚ ਭਾਗ ਲੈ ਰਹੀਆਂ ਅਤੇ 27 ਤਰੀਕ ਨੂੰ ਫਾਈਨਲ ਹੋਣੇ ਆ। 31,000 ਰੁਪਈਆ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਅਤੇ 20,000 ਰੁਪਈਆ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਦਿੱਤਾ ਜਾਣਾ ਅਤੇ ਇਲਾਕੇ ਭਰ ਦੀਆਂ ਜਿਹੜੀਆਂ ਟੀਮਾਂ ਆ ਉਹ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈ ਰਹੀਆਂ, ਜਿੱਥੇ ਅਸੀਂ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਘੁੜਕਾ ਉਹਨਾਂ ਦੇ ਬਹੁਤ ਧੰਨਵਾਦੀ ਆ ਜਿਹੜੇ ਹਰ ਸਾਲ ਇਹ ਉਪਰਾਲਾ ਕਰਦੇ ਆ। ਉੱਥੇ ਨਾਲ ਦੀ ਨਾਲ ਗ੍ਰਾਮ ਪੰਚਾਇਤ NRI ਵਾਸੀਆਂ ਦੇ ਵੀ ਬਹੁਤ ਧੰਨਵਾਦੀ ਕਰਦੇ ਆ, ਨੌਜਵਾਨਾਂ ਨੂੰ ਸਹਿਯੋਗ ਦਿੰਦੇ ਆ, ਕਿਉਂਕਿ ਇਹ ਜਿਹੜੇ ਖੇਡ ਮੇਲੇ ਆ ਇਹ ਸਾਡੇ ਜੀਵਨ ਦਾ ਇੱਕ ਨਿੱਘਾ ਭਾਗ ਆ, ਜਿਹਦੇ ਨਾਲ ਨੌਜਵਾਨ ਜਿਹੜੇ ਆ ਉਹ ਆਪਣਾ ਜਿਹੜਾ ਵਾਲੇ ਪਾਸੇ ਲਾ ਕੇ ਜਿੱਥੇ ਉਹ ਸਰੀਰ ਰੈਸਟ ਪੋਸਟ ਰਹਿਣਗੇ ਉੱਥੇ ਦਿਮਾਗੀ ਰੂਪ ਦੇ ਵਿੱਚ ਵੀ ਉਹ ਤੰਦਰੁਸਤ ਹੋਣਗੇ, ਚੁਸਤ ਹੋਣਗੇ ਅਤੇ ਚੰਗੀ ਸਮਾਜ ਦੀ ਉਹ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ, ਕਿਉਂਕਿ ਸਿਆਣੇ ਕਹਿੰਦੇ ਵਿਹਲਾ ਮਨ ਸ਼ਾਂਤ ਰੱਖਣਾ, ਜੇਕਰ ਨੌਜਵਾਨ ਵਿਹਲੇ ਰਹਿਣਗੇ ਤਾਂ ਉਹ ਪਾਸੇ ਚੱਲਣਗੇ ਅਤੇ ਜੇ ਉਹ ਖੇਡਾਂ ਵਾਲੇ ਪਾਸੇ ਆਪਣਾ ਸਮਾਂ ਦੇਣਗੇ ਤਾਂ ਉਹ ਆਪਣੇ ਇਸ ਸਮੇਂ ਨੂੰ ਸਾਰਥਿਕ ਕਰ ਸਕਦੇ ਆ ਅਤੇ ਵਧੀਆ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ। ਸਾਰਿਆਂ ਨੂੰ ਬਹੁਤ ਬਹੁਤ ਵਧਾਈ।